तो कीर पाते और सतगुरु जी से सुलालाल मन की करिए, क्योंकि सुख मिलता ही गुरु की सेवा दे विच। बोलो आए ते आओ अपा भी झोलियां सुखा दे नाल भरिए। सतगुरु तो कृपाते सुख पाया, सुख पाया वाहेगुरु, सुख कृपाते। सारे बोलो तो कृपाते वाहेगुरु, सुख पाया, सुख पाया वाहेगुरु, सुख
ਤੂੰ ਆਖ ਚੱਲ ਤੂੰ ਜਾਤ ਮੇਰੀ ਪਾਤੀ ਤੂੰ ਹੀ ਜਾਤ ਮੇਰੀ ਪਾਤੀ ਵਾਹਿਗੁਰੂ ਤੂੰ ਹੀ ਜਾਤ ਮੇਰੀ ਪਾਤੀ ਤੂੰ ਆਡੋ ਕਦ ਡੋਲਣਾ ਵਾਹਿਗੁਰੂ ਤੂੰ ਆਡੋਲ ਕਦ ਡੋਲਣਾ
ਦਾ ਨਿਹਾਲਾ ਹਮ ਪਹੁੰਚੇ ਸਦਾ ਨਿਹਾਲਾ ਹਮ ਪਹੁੰਚੇ ਸਦਾ ਨਿਹਾਲਾ ਤੋ ਕਿਰ ਆਪਣੇ ਪਿਤਾ ਨੂੰ ਕਵੇ ਪਿਤਾ ਜੀ ਅਸੀਂ ਤੇਰੇ ਬਾਲਕ ਤੁਮ ਪਿਤਾ ਹਮਾਰੇ ਬੋਲੋ ਹਾਏ ਆਓ ਜਪੋ ਸਾਰੇ ਹਮ ਬਾਲਕ ਤੁਮ ਪਿਤਾ ਖੇਲੇ
ਸਭ ਲਾਡ ਤੁਮ ਸਾਦ ਹੀ ਗੁਣੀ ਗਹੀਰਾ ਤੁਮ ਸਾਦ ਹੀ ਗੁਣੀ ਗਹੀਰਾ ਤੋ ਕਿਰਪਾ ਪਿਆਰ ਨਾਲ ਸੁਖ ਪਾਇਆ ਸੁਖ ਪਾਇਆ ਪਿਤਾ ਦੀ ਗੋਦੀ ਵਿੱਚ ਬੈਠ ਕੇ ਸੋ ਕੀਰ ਫਿਰ ਜਪੋ ਤੋ ਕੀਰ ਪਿਤਾ ਜੀ ਸੁਖ ਪਾਇਆ ਸੁਖ ਪਾਇਆ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਖ ਪਾਇਆ ਸੁਖ ਪਾਇਆ ਤੁਮ ਪੂਰਨ ਤੁਹੀ ਵਾਹਿਗੁਰੂ
ਤੁਹੀ ਵਾਹਿਗੁਰੂ, ਏਕ ਤੁਹੀ ਵਾਹਿਗੁਰੂ, ਏਕ ਤੁਹੀ ਜਪੋ ਸਾਰੇ, ਏਕ ਤੁਹੀ ਵਾਹਿਗੁਰੂ, 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 ਏਕੈ ਏਕੈ ਏਕ ਤੁਹੀ, ਏਕੈ ਏਕੈ ਤੋਰਾਇਆ, ਤੁਹਾਡੇ ਤੋਂ ਬਿਨਾਂ ਪਿਤਾ ਜੀ ਹੈ ਹੀ ਨਹੀਂ। ਤੇ ਫਿਰ ਤੋ ਕਿਰਪਾ, ਬੋਲੋ ਨਾ ਪਿਆਰ ਨਾਲ ਸਾਰੇ, ਤੋ ਕਿਰਪਾ ਸੁਖ ਪਾਇਆ, ਇੱਕ ਇੱਕ ਰੋਮ ਚੋਂ ਆਵਾਜ਼ ਆਵੇ, ਇੱਕ ਇੱਕ ਰੋਮ ਚੋਂ ਤੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤੋ ਵਾਹਿਗੁਰੂ, 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 ਗੁਰੂ ਅਰਜਨ ਦੇਵ ਪਾਤਸ਼ਾਹ ਮੇਰੇ ਪੰਜਵੇਂ ਗੁਰੂ ਨਾਨਕ, ਬੋਲੋ ਵਾਹਿਗੁਰੂ। ਰਾਮ ਕਲੀ ਮਹੱਲਾ ਪੰਜਵਾਂ, ਬੋਲੋ ਵਾਹਿਗੁਰੂ, ਵਾਹਿਗੁਰੂ। ਕਹਿੰਦੇ ਸਤਿਗੁਰੂ ਸੁਖ ਮਿਲਦਾ ਹੀ ਤੇਰੇ ਚਰਨਾਂ 'ਚ, ਬੋਲੋ ਵਾਹਿਗੁਰੂ, ਵਾਹਿਗੁਰੂ। ਤੇਰੇ ਚਰਨਾਂ ਤੋਂ ਬਿਨਾਂ ਕਿਤੇ ਸੁੱਖ ਨਹੀਂ, ਬੋਲੋ ਵਾਹਿਗੁਰੂ। ਜਿੰਨਾ ਮਰਜ਼ੀ ਭੱਜ ਲਓ, ਅਖੀਰ 'ਤੇ ਆ ਕੇ ਸਤਿਗੁਰ ਦੇ ਚਰਨਾਂ 'ਤੇ ਸਿਰ ਜਦੋਂ ਬੰਦਾ ਰੱਖਦਾ ਹੈ, ਆਸ਼ੀਰਵਾਦ ਮਿਲਦਾ ਹੈ, ਕਹਿੰਦਾ ਆਨੰਦ ਆ ਗਿਆ। ਸਤਿਗੁਰ ਕਹਿੰਦੇ ਜੋ ਸੁੱਖ ਕੋ ਚਾਹੇ ਸਦਾ, ਜੇ ਅਸੀਂ ਚਾਹੁੰਦੇ ਨਾ ਸਾਡੇ ਘਰ ਵਿੱਚ ਹਮੇਸ਼ਾ ਹੀ ਸੁੱਖ ਰਵੇ, ਹਰ ਕੋਈ ਕਹਿੰਦਾ, ਮੈਂ ਵੀ ਕਹਿੰਦਾ, ਤੁਸੀਂ ਵੀ ਕਹਿੰਦੇ, ਬੋਲੋ ਸਾਰੇ, ਜੋ ਸੁੱਖ ਕੋ ਚਾਹੇ ਸਦਾ। ਫਿਰ ਕਹਿੰਦੇ ਇੱਕ ਕੰਮ ਕਰੋ, ਸ਼ਰਨ ਰਾਮ ਕੀ, ਕਹਿੰਦੇ ਆ ਜਾ ਸ਼ਰਨ ਵਿੱਚ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਜਾ। ਤੇ ਜਿਹੜੇ ਸ਼ਰਨ ਵਿੱਚ ਆਏ, ਪਤਾ ਕੀ ਬੋਲੇ, ਕਹਿੰਦੇ ਤੋ ਮੈਂ ਆਇਆ, ਬੋਲੋ ਵਾਹਿਗੁਰੂ, ਸਤਿਗੁਰੂ ਤੂੰ ਬੁਲਾਇਆ ਮੈਂ ਆ ਗਿਆ, ਤੋ ਮੈਂ ਆਇਆ, ਸਰਨੀ ਆਇਆ, ਕਿਰਪਾ ਆਇਆ, ਭਰੋਸੇ ਆਇਆ, ਬੋਲੋ ਵਾਹਿਗੁਰੂ, ਤੁਹਾਡੀ ਕਿਰਪਾ ਹੋਈ, ਤੁਸੀਂ ਮੈਨੂੰ ਬੁਲਾਇਆ ਤੇ ਮੈਂ ਤੇਰੇ ਤੇ ਭਰੋਸਾ ਕਰਕੇ ਆ ਗਿਆ, ਬੋਲੋ ਵਾਹਿਗੁਰੂ। ਕਹੀਦਾ ਨਾ ਕਿ ਮੈਂ ਤੇ ਤੁਹਾਡੇ ਤੇ ਭਰੋਸਾ ਕਰਕੇ ਤੁਸੀਂ ਬੁਲਾਇਆ ਸੀ, ਮੈਂ ਆ ਗਿਆ। ਫਿਰ ਇੱਕ ਵਾਰੀ ਬੋਲੀਏ ਸਾਰੇ, ਤੋ ਮੈਂ ਆਇਆ, ਸਰਨੀ ਆਇਆ, ਕਿਰਪਾ ਆਇਆ, ਭਰੋਸੇ ਆਇਆ, ਜੋ ਭਾਵੇ ਤੇ ਉਹ ਰਾਖ ਰੱਖ, ਉਸ ਜਿਵੇਂ ਚੰਗਾ ਲੱਗੇ, ਮਾਰਗ ਗੁਰੇ ਪਠਾਇਆ, ਮੈਨੂੰ ਜਿਹਨੇ ਭੇਜਿਆ ਨਾ ਉਹਨੇ ਆਖਿਆ ਸੀ ਵਿਸ਼ਵਾਸ ਕਰਕੇ ਜਾਈ, ਭਰੋਸਾ ਕਰਕੇ ਜਾਈ, ਤੇਰੀਆਂ ਸਾਰੀਆਂ ਹੀ ਝੋਲੀਆਂ ਭਰ ਜਾਣਗੀਆਂ, ਬੋਲੋ।
ਜੇ ਲੋੜੇ ਬੋਲੋ ਜੀ ਸਾਰੇ ਕਿਰਪਾ ਕਰੋ ਜੇ ਲੋੜੇ ਸਦਾ ਸੁੱਖ ਭਾਈ ਬੋਲੋ ਭਾਈ ਸਤਿਗੁਰ ਦੀ ਬਾਣੀ ਕਿਸੇ ਨੂੰ ਕਹਿੰਦੀ ਹੈ ਘੰਟੇ ਵਾਸਤੇ ਸੁੱਖ ਲੈ ਲੈ ਦੋ ਦੋ ਘੰਟੇ ਵਾਸਤੇ ਦਸ ਘੰਟੇ ਸਾਲ ਕਹਿੰਦੇ ਨਹੀਂ ਮੇਰੇ ਕਾਰਨ ਹਮੇਸ਼ਾ ਖੁਸ਼ੀ ਰਵੇ ਬੋਲੋ ਵਾਹਿਗੁਰੂ ਅਤੇ ਸਤਿਗੁਰ ਕਹਿੰਦੇ ਫਿਰ ਮੇਰੀ ਗੱਲ ਸੁਣ ਜੇ ਲੋੜੇ ਸਦਾ ਸੁੱਖ ਭਾਈ ਸਾਧੂ ਸੰਗਤ ਗੁਰੇ ਬਤਾਈ ਕਹਿੰਦੇ ਮੈਂ ਤੇਰੇ ਘਰ ਖੁਸ਼ੀਆਂ ਹੀ ਖੁਸ਼ੀਆਂ ਭੇਜਾਂਗਾ ਪਰ ਤੂੰ ਸੰਗਤ ਕਰਨੀ ਨਾ ਛੱਡਿਆ ਕਰ ਬੋਲੋ ਤੂੰ ਗੁਰੂ ਦੀ ਸੰਗਤ ਵਿੱਚ ਆਇਆ ਕਰ ਤੂੰ ਗੁਰਦੁਆਰੇ ਆਉਣਾ ਨਹੀਂ ਛੱਡੇਗਾ ਤੇ ਮੈਂ ਤੇਰਾ ਘਰ ਖੁਸ਼ੀਆਂ ਨਾਲ ਭਰਨਾ ਨਹੀਂ ਛੱਡਾਂਗਾ ਬੋਲੋ ਸਾਧ